ਫਿਰ ਕਹਿੰਦੇ ਨੇ ਟੋਡਰ ਮੱਲ ਘਰ ਆਇਆ, ਉਹਨੂੰ ਕਿਸੇ ਦੱਸਿਆ ਵੀ ਸਾਹਿਬਜ਼ਾਦੇ ਗ੍ਰਿਫਤਾਰ ਨੇ, ਮਾਂ ਜੀ ਗ੍ਰਿਫਤਾਰ ਨੇ। ਉਹ ਵਾਹੋਦਾ ਹੀ ਦੌੜਦਾ ਆ ਕਿ ਜਿੰਨਾ ਮਰਜ਼ੀ ਪੈਸਾ ਲੱਗੇ, ਜੋ ਮਰਜ਼ੀ ਲੱਗੇ, ਹਾਕਮ ਲਾਲਚੀ ਹੈ। ਜਦੋਂ ਕਹਿੰਦੇ ਭੀੜ 'ਚ ਅਗਾਂਹ ਲੰਘਿਆ, ਦੁੱਖੇ ਦੋਨੋਂ ਸਾਹਿਬਜ਼ਾਦੇ ਖੂਨ ਨਾਲ ਲੱਥ-ਪੱਥ ਸਨ। ਇਤਿਹਾਸ ਕਹਿੰਦਾ ਉਹ ਮਾਤਾ ਜੀ ਕੋਲ ਗਿਆ, ਭਾਵੇਂ ਕਹਿੰਦੇ ਕੋਈ ਛੁਪਾਈ ਗਿਆ, ਉਹ ਗਿਆ, ਉਹਨੇ ਮਾਤਾ ਜੀ ਨੂੰ ਪਹਿਲਾਂ ਮਿਲਿਆ ਹੋਇਆ। ਉਹਨੇ ਮਾਂ ਜੀ ਨੂੰ ਮੱਥਾ ਟੇਕਿਆ ਅਤੇ ਕਹਿੰਦਾ ਮਾਤਾ ਜੀ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ। ਇਤਿਹਾਸ ਕਹਿੰਦਾ ਵੀ ਮਾਤਾ ਜੀ ਵੈਸੇ ਪ੍ਰਾਣਾ ਦੀ ਕਿ ਉਹ ਅਭਿਆਸੀ ਵੀ ਸਨ, ਪਰ ਸਾਡੀ ਤਵਾਰੀ ਕਹਿੰਦੀ ਹੈ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਹੈ। ਹੁਣ ਸਾਹਿਬਜ਼ਾਦਿਆਂ ਦੇ ਸਰੀਰ, ਤੁਹਾਡੇ ਇੱਥੇ ਹੰਸਲਾ ਨਦੀ ਸੀ ਨਾ, ਹੰਸਲਾ ਨਦੀ, ਉਸ ਨਦੀ ਦੇ ਕਿਨਾਰੇ ਸੱਟੇ ਗਏ। ਇਸ ਕਰਕੇ ਕਿ ਸਾਰੀ ਰਾਤ ਸਰੀਰ ਬਾਹਰ ਰਹਿਣ, ਲੋਕਾਂ ਨੂੰ ਪਤਾ ਲੱਗ ਜਾਏ ਇਹਨੂੰ ਜੰਗਲੀ ਜਾਨਵਰ ਅਤੇ ਮਾਸ ਕੋਰੇ ਪੰਛੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਮਾਸ ਨੋਚ ਕੇ ਜਾਣ। ਮਾਤਾ ਜੀ ਉੱਤੇ ਉੱਥੇ ਸ਼ਹੀਦ ਹੋਏ ਬੁਰਜ 'ਚ, ਸਾਹਿਬਜ਼ਾਦਿਆਂ ਦੇ ਸਰੀਰ ਵੱਖਰੇ ਸਨ ਜੀ। ਟੋਡਰ ਮੱਲ ਪਰੇਸ਼ਾਨ ਬਹੁਤ ਹੋ ਗਿਆ, ਉਹ ਮੋਤੀ ਰਾਮ ਮਹਿਰਾ ਜੀ ਨੂੰ ਮਿਲਿਆ। ਕਿਹਾ ਜਾਂਦਾ ਫਿਰ ਉਹ ਵਜ਼ੀਰ ਖਾਂ ਨੂੰ ਮਿਲਦਾ। ਇੱਕ ਸਵਾਲ ਉੱਠਦਾ, ਉਹਦੇ ਬਾਗ ਸਨ, ਟੋਡਰ ਮੱਲ ਨੇ ਆਪਣੇ ਬਾਗਾਂ 'ਚ ਕਿਉਂ ਨਾ ਸੰਸਕਾਰ ਕਰ ਦਿੱਤਾ? ਉਹਨੇ ਇਜਾਜ਼ਤ ਮੰਗੀ ਮੈਨੂੰ ਸੰਸਕਾਰ ਕਰਨ ਦਿੱਤਾ ਜਾਏ। ਵਜ਼ੀਰ ਖਾਂ ਨੇ ਕਿਹਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਸਰਹੰਦ ਵਿੱਚ ਨਹੀਂ ਹੋ ਸਕਦਾ। ਉਹ ਸਰਹੰਦ ਵਿੱਚ ਸੀ, ਆ ਅੱਤੇ ਵਾਲੀ ਵੱਖਰਾ ਸੀ, ਪਿੰਡ ਵਾਲਿਆਂ ਪਤਾ ਹੋਣਾ ਚੌਧਰੀ ਅੱਤੇ ਥਾਂ। ਉਹਨੇ ਕਿਹਾ ਨਹੀਂ ਹੋ ਸਕਦਾ। ਉਹਨੇ ਫਿਰ ਜ਼ੋਰ ਪਾਇਆ ਸਿਫਾਰਸ਼ ਮੰਗ, ਮੈਂ ਸੰਸਕਾਰ ਕਰਨਾ ਚਾਹੁੰਦਾ, ਤੁਸੀਂ ਦੇਖੋ ਮਾਨਵਤਾ ਦੇ ਆਧਾਰ 'ਤੇ। ਉਹਨੇ ਕਿਹਾ ਜੇ ਤੂੰ ਕਰਨਾ ਹੈ ਪਹਿਲਾਂ ਨਿਸ਼ਾਨਦੇਹੀ ਕਰਕੇ ਆ, ਤੈਨੂੰ ਥਾਂ ਕਿੰਨੀ ਚਾਹੀਦੀ ਹੈ ਇੱਥੋਂ ਬਾਹਰ। ਫਿਰ ਕਿਹਾ ਜਾਂਦਾ ਉਹ ਚੌਧਰੀ ਅੱਤੇ ਕੋਲ ਆਇਆ, ਅੱਤੇ ਵਾਲੀ, ਉਹਨੇ ਆ ਕੇ ਇੱਥੇ ਜਿੱਥੇ ਤੁਸੀਂ ਬੈਠੇ ਹੋ ਗੁਰਮੁਖੋ, ਇੱਥੇ ਨਿਸ਼ਾਨ ਲਾ ਕੇ ਗਿਆ ਵੀ ਇੰਨੀ ਥਾਂ 'ਚ ਮੈਂ ਚਿਖਾ ਚਿੰਨ ਲਵਾਂਗਾ। ਇੱਥੇ ਨਿਸ਼ਾਨ ਲਾਇਆ। ਉਹਨੇ ਕਿਹਾ ਜਿੱਥੇ ਨਿਸ਼ਾਨ ਲਾ ਕੇ ਆਏ, ਸਾਰੀ ਧਰਤੀ ਸੋਨੇ ਦੀਆਂ ਮੋਹਰਾਂ ਨਾਲ ਤੈਨੂੰ ਖਰੀਦਣੀ ਪਏਗੀ। ਕਿੰਨੀਆਂ ਲੱਗ ਸਕਦੀਆਂ ਨੇ? ਇਤਿਹਾਸ ਕਹਿੰਦਾ ਜੋ ਕੁਝ ਉਹਦੇ ਘਰ ਸੀ, ਟੋਡਰ ਮੱਲ ਦੇ ਹੀਰੇ ਮੋਤੀ ਜੋ ਕੁਛ ਉਹਦੇ ਕੋਲ ਸੀ, ਇੱਕ ਟੋਡਰ ਮੱਲ, ਇੱਕ ਉਹਦਾ ਛੋਟਾ ਭਰਾ ਸੀ ਨਾਗਰ ਮੱਲ, ਟੋਡਰ ਮੱਲ ਦਾ ਭਰਾ ਸੀ ਨਾਗਰ ਮੱਲ, ਉਹ ਦੋਨੋਂ ਆਏ। ਉਹਨਾਂ ਕਿਹਾ ਹਾਂ। ਉਹ ਕਹਿੰਦੇ ਨੇ ਜਿਹੜਾ ਸੋਨਾ ਹੀਰੇ ਸਨ ਉਹ ਵੀ ਵੇਚ ਕੇ ਮੋਹਰਾਂ ਲੈਂਦੀਆਂ। ਇੱਥੇ ਵਜ਼ੀਰ ਖਾਂ ਆਇਆ ਜੀ, ਯਾਦ ਰੱਖਿਓ ਭਾਵੇਂ ਥਾਂ ਅੱਤੇ ਵਾਲੇ ਦੀ ਹੈ ਪਰ ਇਹ ਸੂਬਾ ਅਤੇ ਸਰਹੰਦ ਹੈ ਨਾ, ਪੈਸੇ ਉਹਨੇ ਲੈਣੇ ਨੇ। ਇੱਥੇ ਜਿੱਥੇ ਤੁਸੀਂ ਬੈਠੇ ਹੋ ਗੁਰਮੁਖੋ, ਇੱਥੇ ਉਹ ਮੂੜਾ ਡਾ ਕੇ ਬੈਠਾ ਸੀ, ਸੰਦਲੀ ਡਾ ਕੇ। ਚਲੋ ਅਸੀਂ ਕੁਰਸੀ ਅੱਜ ਕੱਲ੍ਹ ਕਹਿੰਦੇ ਹਾਂ, ਸ਼ਬਦ ਤਾਂ ਫਾਰਸੀ ਦਾ ਸੰਦਲੀ ਦਾ ਅਰਥ ਕੁਰਸੀ। ਇੱਥੇ ਫਿਰ ਟੋਡਰ ਮੱਲ ਨੇ ਮੋਹਰਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਵਜ਼ੀਰ, ਪਰ ਸਰੀਰ ਨਹੀਂ ਆਏ, ਸਰੀਰ ਉੱਥੇ ਪਏ ਨੇ ਨਦੀ ਕੰਢੇ। ਤੁਸੀਂ ਇੱਕ ਗੱਲ ਹਿਸਾਬ ਲਾ ਕੇ ਦੇਖੋ, ਉਹ ਸਰੀਰਾਂ ਕੋਲ ਜਾਣ ਨਹੀਂ ਦੇ ਰਿਹਾ। ਉੱਥੇ ਉਹਨੇ ਫਿਰ ਟੇਢੀਆਂ ਮੋਹਰਾਂ ਕਰਕੇ ਇੱਥੇ ਸਾਰੀ ਧਰਤੀ ਜਿੰਨੀ ਨਿਸ਼ਾਨਦੇਹੀ ਸੀ ਸਾਰੀ ਧਰਤੀ ਲਾ ਦਿੱਤੀ। ਉਦੋਂ ਬਾਅਦ ਸਾਰੀਆਂ ਮੋਹਰਾਂ ਇਕੱਠੀਆਂ ਥੈਲੇ 'ਚ ਪਾਈਆਂ, ਵਜ਼ੀਰ ਖਾਂ ਦੇ ਸਾਥੀ ਲੈ ਤੁਰੇ। ਇੱਥੇ ਫਿਰ ਇੱਕ ਸਿੱਖ ਸੀ ਭਾਈ ਜੋਧ ਸਿੰਘ, ਇਹ ਵੀ ਉਸ ਪਿੰਡ ਦਾ ਰਹਿਣ ਵਾਲਾ ਸੀ, ਅਲੋੜਾ ਖਾਲਾ। ਯਾਦ ਰੱਖਿਓ ਗੁਰੂ ਕੀ ਸਾਖੀਆਂ 'ਚ ਭਾਈ ਰਾਮਾ ਅਤੇ ਭਾਈ ਤਲੋਕਾ ਜੀ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ, ਪਰ ਜ਼ਿਆਦਾ ਉਹਨਾਂ ਦਾ ਜਿਹੜਾ ਜ਼ਿਕਰ ਹੈ ਚਮਕੌਰ ਦੀ ਗੜੀ ਦਾ ਹੈ। ਉੱਥੇ ਉਹ ਸੰਸਕਾਰ ਕਰਕੇ ਆਇਆ ਬੀਬੀ ਸ਼ਰਨ ਕੌਰ ਤੋਂ ਬਾਅਦ।
ਉਹਨਾਂ ਸੰਸਕਾਰ ਕੀਤਾ। ਇੱਥੇ ਫਿਰ ਟੋਡਰ ਮੱਲ ਜਾਂਦਾ ਘਰ ਆਪਣੀ ਘਰਵਾਲੀ ਨੂੰ, ਉੱਧਰੋਂ ਮੋਤੀ ਰਾਮ ਮਹਿਰਾ ਦੀ ਮਾਂ ਅਤੇ ਉਹਦੀ ਪਤਨੀ, ਉਹਦੇ ਬੱਚੇ ਵੀ ਹੁੰਦੇ ਆ ਟੋਡਰ ਮੱਲ ਦੇ। ਉਹ ਫਿਰ ਸਤਿਗੁਰਾਂ ਦੀ ਮਾਤ ਜੀ ਨੂੰ ਅਤੇ ਸਾਹਿਬਜ਼ਾਦਿਆਂ ਦਾ ਸਰੀਰ ਇਕੱਠਾ ਕਰਦਾ, ਮਾਤਾ ਜੀ ਦਾ ਵੱਖਰਾ ਉਹ ਵੱਖਰਾ। ਉਹ ਸਰੀਰ ਦਾ ਫਿਰ ਇਸ਼ਨਾਨ ਕਰਾਇਆ ਜਾਂਦਾ, ਮਾਤਾ ਜੀ ਦਾ ਇਸ਼ਨਾਨ ਟੋਡਰ ਮੱਲ ਦੀ ਘਰਵਾਲੀ ਨੇ ਅਤੇ ਮੋਤੀ ਰਾਮ ਮਹਿਰਾ ਦੀ ਮਾਂ ਨੇ ਕਰਾਇਆ ਸੀ, ਉਹਦੀ ਘਰਵਾਲੀ ਨੂੰ ਉਹਨਾਂ ਇਸ਼ਨਾਨ ਕਰਾਇਆ। ਸਾਹਿਬਜ਼ਾਦਿਆਂ ਦਾ ਇਸ਼ਨਾਨ ਭਾਈ ਟੋਡਰ ਮੱਲ ਜੀ, ਭਾਈ ਨਾਗਰ ਮੱਲ ਜੀ। ਇਹਦਾ ਮਤਲਬ ਜਿਹੜਾ ਬੰਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਿਆ ਉਹ ਬਾਣੀ ਵੀ ਪੜ੍ਹਦਾ ਹੈ। ਦੋਨਾਂ ਭਰਾਵਾਂ ਨੇ ਅਤੇ ਮੋਤੀ ਰਾਮ ਜੀ ਨਾਲ ਲੱਗੇ ਆ। ਮੈਂ ਸੋਚਣਾ ਕਿਵੇਂ ਖੂਨ ਉਹਨਾਂ ਸਾਫ਼ ਕੀਤਾ ਹੋਵੇਗਾ, ਕਿਹੋ ਜਿਹੇ ਜ਼ਖਮ ਲੱਗੇ ਹੋਣਗੇ, ਕਿਹੋ ਜਿਹੇ ਪਿੰਡਾਂ ਉੱਤੇ ਲੌਂਸਾਂ ਪਈਆਂ ਹੋਣਗੀਆਂ। ਉੱਥੇ ਫਿਰ ਜਿਹੜਾ ਵਿਵਾਨ ਤਿਆਰ ਕੀਤਾ ਗਿਆ, ਇੱਕੋ ਕੀਤਾ ਗਿਆ, ਉਹਨੇ ਵੱਡਾ ਵਿਵਾਨ ਤਿਆਰ ਕੀਤਾ ਜੀ। ਇੱਥੇ ਆਪਣੇ ਸੇਵਾਦਾਰ ਕੋ ਨੌਕਰ ਕਿਉਂ, ਉਹਦੇ ਕੋਈ ਨੌਕਰ ਟੋਡਰ ਮੱਲ ਦਾ ਉਹਦੇ ਤੋਂ ਆਗਿਆ ਤੋਂ ਬਾਹਰ ਨਹੀਂ ਗਿਆ। ਉਹਨੇ ਫਿਰ ਕਿਹਾ ਪਤਾ ਕਰੋ, ਇਹ ਪਾਤਸ਼ਾਹ ਦੇ ਪੁੱਤਰ ਨੇ, ਇਹਨਾਂ ਦਾ ਸੰਸਕਾਰ ਚੰਦਨ ਦੀਆਂ ਲੱਕੜਾਂ 'ਚ ਕਰਾਂਗਾ। ਇਹ ਮਾਂ ਹੈ ਗੁਰੂ ਗੋਬਿੰਦ ਸਿੰਘ ਜੀ ਦੀ। ਉੱਥੇ ਫਿਰ ਜੀ ਇੱਥੇ ਚੰਦਨ ਦੀਆਂ ਲੱਕੜਾਂ, ਇੱਕ ਮਟਕਾ ਉਹ ਮਿੱਟੀ ਦਾ ਘਿਓ ਦਾ ਭਰ ਕੇ ਲਿਆਇਆ ਸੀ ਸਮੱਗਰੀ ਗੁਰਮੁਖੋ। ਉੱਥੇ ਫਿਰ ਬਿਬਾਨ ਦੇ ਜੋ ਤਿਆਰ ਕੀਤਾ ਮਾਤਾ ਜੀ ਅਤੇ ਸਾਹਿਬਜ਼ਾਦੇ, ਇੰਨੇ ਕੁ ਸਰੀਰ ਨੇ ਜੀ ਜਿਹੜੇ ਲੈ ਕੇ ਆਏ ਆ। ਸਰਹੰਦ ਕਿਉਂ ਫੜਕਾਈ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਨੇ, ਉਹਨਾਂ ਕਿਹਾ ਸੀ ਨਾ ਵੀ ਜ਼ੁਲਮ ਤਾਂ, ਉਹਨੇ ਕਹਿੰਦਾ ਜ਼ੁਲਮ ਨਹੀਂ, ਇਹ ਵੇਖ ਕੇ ਚੁੱਪ ਕੀਤੇ ਰਹੇ, ਇਹਨਾਂ ਨੂੰ ਜੀਣ ਦਾ ਕੀ ਹੱਕ ਹੈ, ਇਹਨਾਂ 'ਚ ਕੋਈ ਬਾਹਰ ਨਾ ਨਿਕਲਿਆ। ਉੱਥੋਂ ਫਿਰ ਤੁਰਦੇ ਨੇ ਜੀ, ਸਤਨਾਮ ਵਾਹਿਗੁਰੂ ਕਹਿੰਦੇ, ਬਾਣੀ ਪੜ੍ਹਦੇ, ਜੋ ਮੈਨੂੰ ਪੂਰਾ ਯਕੀਨ ਹੈ ਵੀ ਉਹ ਗੁਰੂ ਨੂੰ ਪਿਆਰ ਕਰਨ ਵਾਲਾ ਜ਼ਰੂਰ ਬਾਣੀ ਪੜ੍ਹਦਾ ਹੈ। ਉਹ ਸਰੋਤ ਕਹਿੰਦਾ ਜੀ ਉਹ ਫਿਰ ਜੀ ਇੱਥੇ ਆਉਂਦੇ ਆ ਜਿੱਥੇ ਤੁਸੀਂ ਅਸੀਂ ਬੈਠੇ ਹਾਂ ਜੀ, ਸਾਰੇ ਆ ਚਾਦਰ ਵਿਛਾਈ ਹੋਈ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਸਰੂਪ ਦੇ ਥੱਲੇ। ਇੱਥੇ ਫਿਰ ਉਹ ਚਿਖਾ ਚ ਹੁੰਦਾ ਹੈ ਆਪਣੇ ਹੱਥਾਂ ਨਾਲ, ਚਲੋ ਥੱਲੇ ਲੱਕੜ ਲੱਗ ਜਾਂਦੀ ਹੈ, ਫਿਰ ਉਹ ਮਾਤਾ ਜੀ ਨੂੰ ਵਿਚਕਾਰ ਪਾਉਂਦਾ ਇੱਥੇ, ਕਿਉਂਕਿ ਆਪਾਂ ਇੱਥੇ ਬੈਠੇ ਮਿਹਨਤ ਜੀ ਲੱਗਦਾ ਜਿਵੇਂ ਮਾਂ ਜੀ ਨੇ ਕਿਹਾ ਹੋਵੇ ਇਮੋਸ਼ਨਲੀ, ਤੁਸੀਂ ਮੇਰੇ ਕੋਲ ਬਹਿ ਕੇ ਸਿਫਤਾਂ ਕਰਿਆ ਕਰੋ। ਇੱਥੇ ਫਿਰ ਮਾਤਾ ਜੀ ਵਿੱਚ ਨੇ, ਸੱਜੇ ਪਾਸੇ ਬਾਬਾ ਫਤਿਹ ਸਿੰਘ ਜੀ ਨੇ, ਕਿਉਂਕਿ ਅਕਸਰ ਸੌਂਦਿਆਂ ਬਾਬਾ ਜੀ ਸੱਜੇ ਪਾਸੇ, ਦਾਦੀ ਦੇ ਸੱਜੇ ਪਾਸੇ ਪੈਂਦੇ ਸਨ। ਖੱਬੇ ਪਾਸੇ ਬਾਬਾ ਜ਼ੋਰਾਵਰ ਸਿੰਘ ਜੀ ਨੇ, ਟੋਡਰ ਮੱਲ ਨੇ ਫਿਰ ਕੀਮਤੀ ਦਿਸ਼ਾਲਾ ਉਹਦੀ ਘਰਵਾਲੀ ਲੈ ਕੇ ਆਈ, ਉਹ ਉੱਤੇ ਪਾਇਆ, ਉੱਤੇ ਚੰਦਨ ਦੀਆਂ ਲੱਕੜਾਂ ਚਿਣੀਆਂ, ਉਹਨੇ ਫਿਰ ਘਿਓ ਦਾ ਜਿਹੜਾ ਮੱਟ ਸੀ ਉਹ ਘਿਓ ਪਾਇਆ ਉੱਤੇ, ਜੋ ਸਮੱਗਰੀ ਜਲਣ ਵਾਸਤੇ ਨੂੰ ਪੂਜਾ ਨਾ ਲੈ ਕੇ ਚੁੜੀਓ, ਉਹ ਸਾਰੀ ਪਾ ਕੇ ਕਹਿੰਦੇ ਨੇ ਫਿਰ ਟੋਡਰ ਮੱਲ ਨੇ ਇਸ ਚਿਖਾ ਨੂੰ ਅਗਨ ਦਿਖਾਈ ਸੀ। ਟੋਡਰ ਮੱਲ ਇਹ ਜਦੋਂ ਚਿਖਾ ਪੂਰੀ ਲਾਂਬੂ ਲੱਗ ਗਿਆ, ਦੀਵਾਨ ਟੋਡਰ ਮੱਲ, ਨਾਗਰ ਮੱਲ, ਉਹਦਾ ਪਰਿਵਾਰ, ਮੋਤੀ ਰਾਮ ਮਹਿਰਾ ਉਹਦਾ ਪਰਿਵਾਰ, ਜਿੱਥੇ ਤੁਸੀਂ ਬੈਠੇ ਹੋ ਇੱਥੇ ਚਿਖਾ ਪੈਣ ਲੱਗ ਪਈ, ਉਹ ਪਿੱਛੇ ਖਲੋ ਕੇ ਗੁਰੂ ਗੁਰੂ ਜਪਣ ਲੱਗ ਪਏ। ਪਰ ਇਤਿਹਾਸ ਕਹਿੰਦਾ ਟੋਡਰ ਮੱਲ ਦਾ ਕੜ ਪਾਟ ਗਿਆ ਸੀ ਇੱਥੇ, ਉਹ ਬਹੁਤ ਰੋਇਆ। ਫਿਰ ਇਹਨੂੰ ਫਿਰ ਬੇਨਤੀ ਨੂੰ ਬੈਰਾਗ 'ਚ ਲੈ ਕੇ ਤੁਰਿਓ, ਉਹ ਸੱਚੀ ਮੁੱਚੀ ਅੰਦਰੋਂ ਪਿਘਲ ਤੁਰਿਆ। ਪਰ ਮੈਂ ਫਿਰ ਵੀ ਕਹਿੰਦਾ ਸੱਚੇ ਪਾਤਸ਼ਾਹ ਇਹ ਕੈਸੀ ਖੇਡ, ਜਿੱਦਣ ਇਹਨਾਂ ਦਾ ਜਨਮ ਹੋਇਆ ਸੀ ਉਦਣ ਕਿੰਨੀਆਂ ਖੁਸ਼ੀਆਂ ਮਨਾਈਆਂ ਸਿੱਖਾਂ ਨੇ,
ਅੱਜ ਇਹਨਾਂ ਦਾ ਸੰਸਕਾਰ ਹੁੰਦਾ ਪਿਆ ਗਿਣਤੀ ਦੇ ਚਾਰ ਪੰਜ ਸਰੀਰ ਨੇ। ਹੁਣ ਭਾਈ ਸਾਹਿਬ ਕਹਿ ਰਹੇ ਸਨ ਗੁਰਮੁਖੋ ਇੱਥੋਂ ਫਿਰ ਜਿੰਨੀ ਦੇਰ ਤੱਕ ਅਗਨ ਬਲਦੀ ਰਹੀ ਟੋਡਰ ਮੱਲ ਮੋਤੀ ਰਾਮ ਪਿੱਛੇ ਰਹੇ, ਫਿਰ ਕੀ ਹੋਇਆ? ਕੋਈ 15 ਕਹਿੰਦੇ ਨੇ, ਕੋਈ 14, ਪਰ ਮੈਂ ਤਰੀਕ ਨਹੀਂ ਲੈ ਰਿਹਾ ਇਸ ਕਰਕੇ। ਚਿਖਾ ਰਾਖ ਸਿਆਲ ਦੇ ਦਿਨ ਸਨ, ਠੰਡੀ ਹੋ ਗਈ। ਦੀਵਾਨ ਟੋਡਰ ਮੱਲ ਆਏ, ਉਹਨਾਂ ਨੇ ਫਿਰ ਇਸ ਬਭੂਤ ਨੂੰ ਇਕੱਠਿਆਂ ਕੀਤਾ ਅਸਤੀਆਂ। ਫਿਰ ਬੇਨਤੀ ਮਾਤਾ ਜੀ ਦੀਆਂ ਅਤੇ ਸਾਹਿਬਜ਼ਾਦਿਆਂ ਦੇ, ਛੋਟੇ ਛੋਟੇ ਸਾਹਿਬਜ਼ਾਦਿਆਂ ਦੇ ਅਸਤ ਪਛਾਣ ਹੀ ਜਾਣੇ ਸਨ, 7-9 ਸਾਲ ਦੀ ਕੀ ਹੁੰਦੀਆਂ ਅਸਤੀਆਂ ਜੀ। ਉਹ ਸਾਰੀਆਂ ਇਕੱਠੀਆਂ ਕਰਕੇ ਇੱਕ ਬਰਤਨ 'ਚ ਪਾਈਆਂ ਅਤੇ ਵਿਭੂਤ ਵੱਖਰੀ ਪਾ ਦਿੱਤੀ। ਵਿਭੂਤੀ ਜਿਹੜੀ ਹੈ ਉਹ ਭਾਈ ਜੋਤ ਸਿੰਘ ਲੈ ਕੇ ਇੱਥੋਂ ਅਲੋ ਰੱਖ ਨੂੰ ਤੁਰ ਪਿਆ, ਕਿਉਂਕਿ ਉੱਧਰ ਸਤਿਗੁਰੂ ਸਨ ਮਾਲ ਵਿੱਚ। ਉਹਦਾ ਮਤਲਬ ਸੀ ਮੈਂ ਗੁਰੂ ਸਾਹਿਬ ਨੂੰ ਮਿਲਾਂਗਾ ਅਤੇ ਦੱਸਾਂਗਾ। ਇਹ ਕਿਹਾ ਜਾਂਦਾ ਜਿਹੜੀਆਂ ਇਹ ਅਸਤੀਆਂ ਨੇ ਇਸ ਥਾਂ 'ਤੇ, ਫਿਰ ਦੀਵਾਨ ਟੋਡਰ ਮੱਲ ਨੇ ਥਾਂ ਹੀ ਇਹ ਖਰੀਦਿਆ ਨਾ, ਇਸ ਥਾਂ ਦੇ ਥਾਂ ਪੱਟ ਕੇ ਇੱਥੇ ਫਿਰ ਸਾਹਿਬਜ਼ਾਦੇ ਅਤੇ ਮਾਤਾ ਜੀ ਦੀ ਵਿਭੂਤੀ ਕੁਛ ਅਤੇ ਅਸਤੀਆਂ ਰੱਖ ਕੇ ਇਹਨੇ ਇਹਦੇ ਉੱਤੇ ਥੜਾ ਬਣਾ ਦਿੱਤਾ ਦੀਵਾਨ ਟੋਡਰ ਮੱਲ ਜੀ ਨੇ। ਫਿਰ ਜੀ ਇਹਦੇ ਬਾਰੇ ਕਿਹਾ ਜਾਂਦਾ ਇਹਨੇ ਕੋਈ ਪਰਵਾਹ ਨਹੀਂ ਕੀਤੀ। ਇੱਥੇ ਫਿਰ ਆਉਂਦਾ ਹੁੰਦਾ ਸੀ, ਕਿੰਨਾ ਕਿੰਨਾ ਸਮਾਂ ਬੈਰਾਗ 'ਚ ਰੋਈ ਜਾਣਾ ਅਤੇ ਸਿਮਰਨ ਕਰਦਾ ਹੁੰਦਾ ਸੀ ਦੀਵਾਨ ਟੋਡਰ ਮੱਲ। ਮੈਂ ਆਪ ਨੂੰ ਬੇਨਤੀ ਕਰਾਂ, ਇੱਥੇ ਸਾਹਿਬਜ਼ਾਦੇ ਸ਼ਹੀਦ ਹੋ ਗਏ,